आजाद रंगमंच कला भवन फगवाड़ा इस नाटक वेड़े विच अज पटियाला यूनिवर्सिटी तो साढ़े उड़ीका प्रोग्राम विच पहुंचे हैं प्रसिद्ध विद्वान विनोद कुमार जी, जिन्होंने के साहित्य डॉक्टरी की है और बहुत कुछ लिखिया और बहुत बड़े विद्वान ने और पटियाला यूनिवर्सिटी विच असिस्टेंट प्रोफेसर ने और इन्हों का आना साढ़े इस कला भवन विच मुबारक। थैंक यू मैम, थैंक यू। विनोद कुमार जी, सब तो पहला तो साढ़े इस उड़ीका प्रोग्राम विच आना थोड़ा बहुत मुबारक, इसलिए कि तुसी ओ यूनिवर्सिटी जिहड़ी विद्वाना दी यूनिवर्सिटी आ उहदे तो चल के साढ़े निक्के जे गरीबड़े जे इस नाटक वेड़े विच आए हो और साडे कलाकार साडे सारे स्टाफ तुहानू जी आया कहिंदा है। थैंक यू मैम, थैंक यू। साडे उड़ीका प्रोग्राम दे दर्शकां नू सब तो पहला तां अपने पिछोकड़ बारे चानना पाओ। मैम, मेरा जो जन्म है वो पंजाब दे इक बहुत निक्के जे पिंड बुजुर्ग विच होया, जिला पटियाला। हां जी, हां जी। ते उस तो बाद जिवें मैं अग्रवाल फैमिली नूं बिलोंग करदा सी, पिता जी पिंड दे विच रहण करके साडा जिहड़ा फैमिली दा कम कार सी बेसिकली ओह खेतीबाड़ी दा सीगा, दादा जी वी इही कम करदे सीगे। पर जिवें कहिंदे कि पीढ़ी दर पीढ़ी चेंज आउंदी रहिंदी है, उसे तरह फादर साहब साडे थोड़ा बिजनेस च आ गए, दुकानदारी शुरू कीती उन्हां ने नेड़े इक टाउन पैंदा समाणा, ते असीं उथों माइग्रेट कर गए, उत्थे शिफ्ट हो गए जी। ते इसे दौरान मतलब ਜਿਹੜਾ ਮੇਰਾ ਜ਼ਿੰਦਗੀ ਚ ਗਰੋ ਕਰਨ ਦੌਰਾਨ ਐਕਸਪੀਰੀਅੰਸ ਰਿਹਾ ਉਹ ਇਹ ਹੈ ਕਿ ਮੇਰੇ ਕੋਲ ਪਿੰਡ ਦਾ ਵੀ ਮੈਨੂੰ ਐਕਸਪੀਰੀਅੰਸ ਮਿਲਿਆ ਤੇ ਨਾਲੋ ਨਾਲ ਇੱਕ ਟਾਊਨ ਦਾ ਮਿਲਿਆ, ਫਿਰ ਉੱਥੋਂ ਪੜ੍ਹਨ ਤੋਂ ਬਾਅਦ ਇੱਕ ਅੱਗੇ ਉਚੇਰੀ ਸਿੱਖਿਆ ਹਾਸਲ ਕਰਨ ਦੀ ਜੋ ਚਿਣਗ ਸੀਗੀ ਉਹਨੇ ਪਟਿਆਲਾ ਵਰਗੇ ਸ਼ਹਿਰ ਚ ਪੜ੍ਹਨ ਦਾ ਮੌਕਾ ਵੀ ਦਿੱਤਾ, ਤੇ ਇਸ ਤਰ੍ਹਾਂ ਮਤਲਬ ਜੋ ਮੇਰੇ ਵਿਅਕਤਿਤਵ ਚ ਹੈ ਜੀ ਉਹ ਪਿੰਡ ਵੀ ਵਸਿਆ ਹੋਇਆ, ਟਾਊਨ ਵੀ ਵਸਿਆ ਹੋਇਆ, ਸ਼ਹਿਰ ਵੀ ਵਸਿਆ ਹੋਇਆ, ਤੇ ਪੰਜਾਬੀ ਯੂਨੀਵਰਸਿਟੀ ਹੈ ਵੀ ਕਿੱਦਾਂ ਦਾ ਮੱਕਾ ਹੈ, ਇੱਦਾਂ ਦਾ ਸਥਾਨ ਹੈ ਜਿੱਥੇ ਤੁਹਾਨੂੰ ਮਤਲਬ ਵਰਾਇਟੀ ਆਫ ਸਟੂਡੈਂਟਸ ਤੇ ਟੀਚਰਸ ਦੀ ਮਿਲਦੀ ਹੈ, ਤੇ ਇਹ ਇਹ ਇਸੇ ਬੈਕਗ੍ਰਾਉਂਡ ਦੇ ਵਿੱਚ ਮੇਰੀ ਜਿਹੜੀ ਗਰੋਥ ਹੋਈ ਹੈ ਜੀ। ਵਿਨੋਦ ਕੁਮਾਰ ਜੀ, ਇੱਕ ਖੇਤੀ ਤੋਂ ਇੱਕ ਬਿਜ਼ਨਸਮੈਨ ਤੋਂ ਜੀ ਇੱਕ ਵਿਦਵਾਨਾਂ ਦੀ ਯੂਨੀਵਰਸਿਟੀ ਵਿੱਚ ਆਉਣਾ, ਕੀ ਇਸ ਦਰਮਿਆਨ ਕੋਈ ਖਾਸ ਵਿਅਕਤੀ ਤੁਹਾਡੇ ਜ਼ਿੰਦਗੀ ਚ ਆਇਆ ਜਿਹਨੇ ਤੁਹਾਨੂੰ ਇੱਧਰ ਲਿਆਂਦਾ ਮੋੜਿਆ, ਜਾਂ ਤੁਸੀਂ ਆਪ ਹੀ ਆਪਣੇ ਯਤਨਾਂ ਨਾਲ ਇੱਧਰ ਮੁੜੇ? ਇਹ ਬੀਬਾ ਜੀ ਕੁਛ ਤਾਂ ਕਹਿ ਲੋ ਕਿ ਹਾਲਾਤ ਬੰਦੇ ਨੂੰ ਜਿਵੇਂ ਕਹਿੰਦੇ ਨੇ ਸਿਰਜਦੇ ਨੇ, ਇਹ ਹੋਇਆ ਤਾਂ ਉਸੇ ਤਰ੍ਹਾਂ ਕਿ ਉਸ ਪ੍ਰੋਸੈਸ ਚੋਂ ਲੰਘ ਕੇ ਮੈਨੂੰ ਥੋੜਾ ਪੜ੍ਹਨ ਵਾਲੀ ਜਿਹੜੀ ਚਿੰਗ ਚੱਲਣ ਲੱਗੀ। ਜਦੋਂ ਮੈਂ ਦੱਸਾਂ ਤਾਂ ਸਾਡੇ ਜਿੱਥੇ ਪਿਤਾ ਜੀ ਦੁਕਾਨ ਕਰਦੇ ਸੀ ਉਹਦੇ ਨਾਲ ਹੀ ਇੱਕ ਅਖਬਾਰਾਂ ਦੀ ਦੁਕਾਨ ਸੀ। ਅੱਛਾ ਅੱਛਾ। ਬਚਪਨ ਸੀ, ਛੋਟਾ ਸੀ, ਤੇ ਉੱਥੋਂ ਅਖਬਾਰ ਲੈਣੇ ਪੜ੍ਹਨੇ, ਤੇ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਾਂ, ਉਦੋਂ ਜਦੋਂ ਅਖਬਾਰ ਪੜ੍ਹਦਾ ਸੀ ਮੈਂ ਤੁਹਾਡੀਆਂ ਰਚਨਾਵਾਂ ਵੀ ਪੜ੍ਹਦਾ ਹੁੰਦਾ, ਜਿਹਦੇ ਨਾਲ ਕੀ ਹੋਇਆ ਕਿ ਮੈਨੂੰ ਅਖਬਾਰੀ ਸਾਹਿਤ ਨਾਲ ਮੇਰਾ ਪਹਿਲਾਂ ਵਾਹ ਪਿਆ ਜੀ। ਉਹ ਪੜ੍ਹਨ ਦੀ ਜਿਹੜੀ ਚਿਣਗ ਹੈ ਉਹ ਵੱਧਦੀ ਗਈ, ਉਸੇ ਨੇ ਮਤਲਬ ਮੈਨੂੰ ਲੇਖਕਾਂ ਨਾਲ ਜੋੜਿਆ ਤੇ ਸਾਹਿਤ ਨਾਲ ਜੋੜਿਆ, ਉਸੇ ਦੌਰਾਨ ਮਤਲਬ ਉਚੇਰੀ ਵਿੱਦਿਆ ਜਿਹੜੀ ਹਾਸਲ ਕਰਨ ਦੀ ਉਹ ਚਿਣਗ ਮੇਰੇ ਅੰਦਰ ਪੈਦਾ ਹੋਈ। ਅਦਰਵਾਈਜ਼ ਸਾਡਾ ਜਿਹੜਾ ਬੈਕਗ੍ਰਾਉਂਡ ਸੀ ਜੀ, ਫੈਮਿਲੀ 'ਚ ਕੋਈ ਬਹੁਤੇ ਪੜ੍ਹੇ ਲਿਖੇ ਇਨਸਾਨ ਨਹੀਂ ਸੀਗੇ, ਦਾਦਾ ਜੀ ਬਹੁਤ ਛੋਟੇ ਕਿਸਾਨ ਸੀਗੇ, ਪਿਤਾ ਜੀ ਬਹੁਤ ਛੋਟੇ ਦੁਕਾਨਦਾਰ ਸੀਗੇ, ਤੇ ਜਿਹੜੀ ਇਸ ਦੌਰਾਨ ਜਿਹੜੀ ਇਹ ਚਿਣਗ ਹੈ ਉਹ ਹੌਲੀ ਹੌਲੀ ਹੈ ਜਿਹੜੀ ਗਰੋ ਕਰਦੀ ਗਈ। ਫਿਰ ਕਾਲਜ 'ਚ ਗਿਆ, ਕਾਲਜ ਤੋਂ ਯੂਨੀਵਰਸਿਟੀ ਗਏ ਜੀ, ਤੇ ਨਾਲੋ ਨਾਲ ਲਿਖਣ ਦਾ ਜਿਹੜਾ ਸਬੱਬ ਹੈ ਉਹ ਬਣਦਾ। ਬਹੁਤ ਅੱਛਾ, ਜਿਹੜਾ ਤੁਸੀਂ ਵਿਦਵਾਨਾਂ ਦੀ ਜਿਹੜੀ ਜ਼ਿੰਦਗੀ ਹੈ, ਵਿਦਵਾਨਾਂ ਦੀ ਯੂਨੀਵਰਸਿਟੀ ਵਿੱਚ ਆ ਗਏ, ਪਰ ਅਕਸਰ ਵੇਖਿਆ ਕਿ ਇੱਕ ਬਿਜ਼ਨਸਮੈਨ ਦਾ ਜਿਹੜਾ ਬੇਟਾ ਹੈ ਉਹ ਬਿਜ਼ਨਸਮੈਨ ਹੀ ਬਣਦਾ, ਇੱਕ ਖੇਤੀ ਕਰਨ ਵਾਲੇ ਦਾ ਜਿਹੜੀ ਔਲਾਦ ਹੈ ਅੱਗੋਂ ਖੇਤੀ ਸਾਂਭ ਲੈਂਦੀ ਆ। ਪਰ ਤੁਹਾਡਾ ਇਹ ਬਦਲਾਵ ਜਿਹੜਾ ਆ, ਕੋਈ ਖਾਸ ਵਿਅਕਤੀ ਨੀ ਤੁਹਾਡੀ ਜ਼ਿੰਦਗੀ ਚ ਆਇਆ ਜਿਹਨੇ ਇੱਧਰ ਮੋੜਿਆ ਤੁਹਾਨੂੰ? ਖਾਸ ਵਿਅਕਤੀਆਂ ਦੇ ਵਿੱਚੋਂ ਜੀ ਜੇ ਮੈਂ ਨਾਂ ਲਵਾਂ ਤਾਂ ਇੱਕ ਦਵਿੰਦਰ ਸਾਂਬਰ ਮੇਰੇ ਮਿੱਤਰ ਰਹੇ ਨੇ ਜੀ,
ਤੇ ਉਹਨਾਂ ਨਾਲ ਵੀ ਇੱਕ ਸਬੱਬੀ ਦੋਸਤੀ ਹੋਈ ਹੈ। ਹਾਲਾਂਕਿ ਸਾਡਾ ਉਮਰ ਦਾ ਗੈਪ ਬਹੁਤ ਸੀਗਾ, ਪਰ ਮੈਂ ਉਹਨਾਂ ਨੂੰ ਆਪਣੇ ਐਜੂਕੇਸ਼ਨਲ ਦੇ ਪੱਖ ਤੋਂ ਮਤਲਬ ਆਪਣੇ ਮੈਂਟਰ ਮੰਨਦਾ ਕਿ ਪ੍ਰਾਇਮਰੀ ਲੈਵਲ ਦੇ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਕੀ ਪੜ੍ਹਨਾ ਚਾਹੀਦਾ, ਕਿੱਦਾਂ ਪੜ੍ਹਨਾ ਚਾਹੀਦਾ ਤੇ ਕੀ ਕਰਨਾ ਬੰਦੇ ਨੇ, ਬੰਦੇ ਦੀ ਜ਼ਿੰਦਗੀ ਦਾ ਮਨੋਰਥ ਕੀ ਹੋਣਾ ਚਾਹੀਦਾ। ਉਹ ਤੋਂ ਬਾਅਦ ਯੂਨੀਵਰਸਿਟੀ ਪਹੁੰਚੇ, ਮਤਲਬ ਜਿਹੜੇ ਲੇਖਕ ਨੂੰ ਪੜ੍ਹਦੇ ਸੀ ਉਹਨਾਂ ਦੀ ਗਾਈਡੈਂਸ ਤਾਂ ਰਹੀ ਰਹੀ ਨਾਲ। ਯੂਨੀਵਰਸਿਟੀ ਪਹੁੰਚਣ ਤੇ ਮੇਰਾ ਜੋ ਸਬੱਬ ਬਣਿਆ ਕਿ ਮੈਨੂੰ ਡਾਕਟਰ ਰਾਜੇਸ਼ ਸ਼ਰਮਾ ਜੀ ਨਾਲ ਪੀਐਚਡੀ ਕਰਨ ਦਾ ਮੌਕਾ ਮਿਲਿਆ। ਪੰਜਾਬੀ ਯੂਨੀਵਰਸਿਟੀ ਚ ਮੈਂ ਪੀਐਚਡੀ ਕਰਦਾ ਰਿਹਾ ਤੇ ਉਹਨਾਂ ਨਾਲ ਜਿਹੜੀ ਪਿਛਲੇ 15 ਸਾਲਾਂ ਤੋਂ ਸਾਂਝ ਹੈ ਉਹ ਜੋ ਮੈਨੂੰ ਸਿੱਖਣ ਦੇਖਣ ਤੇ ਪੜ੍ਹਨ ਤੇ ਲਿਖਣ ਦੀ ਬਹੁਤ ਜਾਚ ਜਿਹੜੀ ਹਾਸਲ ਹੋਈ। ਡਾਕਟਰ ਵਿਨੋਦ ਕੁਮਾਰ ਜੀ, ਤੁਹਾਡੀਆਂ ਜਿਹੜੀਆਂ ਮੈਂ ਕਾਫੀ ਕਿਤਾਬਾਂ ਪੜ੍ਹੀਆਂ ਆ, ਤੁਸੀਂ ਪਹਿਲਾਂ ਵਿਨੋਦ ਮਿੱਤਲ ਲਿਖਦੇ ਹੁੰਦੇ ਸੀ ਜੀ, ਇਹ ਮਿੱਤਲ ਤੋਂ ਕੁਮਾਰ ਤੱਕ ਕਿੱਦਾਂ ਪਹੁੰਚੇ? ਇਹਦੇ ਪਿੱਛੇ ਮੈਮ ਇਹ ਗੱਲ ਹੈ ਕਿ ਦੇਖੋ ਜਿਵੇਂ ਉਹੀ ਕਿ ਸਾਹਿਤਕਾਰ ਲਿਖਦੇ ਸੀਗੇ, ਕੋਈ ਆਪਣੇ ਪਿੰਡ ਦਾ ਨਾਂ ਲਾਉਂਦਾ, ਕੋਈ ਆਪਣੀ ਕਮਿਊਨਿਟੀ ਨੂੰ ਰੀਪ੍ਰਜੈਂਟ ਕਰਦਾ। ਇਹ ਇਨੀਸ਼ਲੀ ਮੇਰੇ ਤੇ ਉਹ ਜਿਹੜਾ ਫੈਮਿਲੀ ਦਾ ਪ੍ਰਭਾਵ ਸੀ ਇਸ ਗੱਲੋਂ ਕਿ ਮੈਂ ਇੱਕ ਪਰਟੀਕੁਲਰ ਕਾਸਟ ਨੂੰ ਕਮਿਊਨਿਟੀ ਨੂੰ ਬਿਲੋਂਗ ਕਰਦਾ, ਉਹ ਮੈਂ ਨਾਲ ਲਗਾਉਂਦਾ ਰਿਹਾ। ਤੇ ਜਦੋਂ ਜਿਵੇਂ ਕਹਿੰਦੇ ਨੇ ਕਿ ਬੰਦੇ ਦੀ ਸਮਝ ਆ ਥੋੜੀ ਮੈਚਿਓਰ ਹੁੰਦੀ ਹੈ, ਗਰੋ ਕਰਦੀ ਜਾਂਦੀ ਹੈ, ਤਾਂ ਮੈਨੂੰ ਲੱਗਿਆ ਕਿ ਇੱਕ ਲੇਖਕ ਹੈ ਜਾਂ ਇੱਕ ਕੋਈ ਵੀ ਇਨਸਾਨ ਹੈ, ਤੁਸੀਂ ਕੋਈ ਵੀ ਕੰਸਟਰਕਟਿਵ ਕੰਮ ਕਰ ਰਹੇ ਹੋ ਤਾਂ ਤੁਸੀਂ ਇੱਕ ਪਰਟੀਕੁਲਰ ਕਮਿਊਨਿਟੀ ਲਈ ਨਹੀਂ ਕਰ ਰਹੇ ਹੈਗੇ, ਨਾ ਹੀ ਤੁਸੀਂ ਉਹਨੂੰ ਬਿਲੋਂਗ ਕਰਦੇ, ਯੂ ਬਿਲੋਂਗ ਟੂ ਦ ਹਿਊਮੈਨਿਟੀ। ਇਸ ਕਰਕੇ ਮੈਂ ਸੋਚਿਆ ਕਿ ਜਿਹੜੀ ਇਹ ਭੁਲੇਖਾ ਪਾਊ ਜਾਂ ਮਤਲਬ ਇੱਕ ਕਮਿਊਨਲ ਜਿਹੜਾ ਤੁਹਾਡੀ ਆਈਡੈਂਟੀ ਹੈ ਉਹਨੂੰ ਡਿਸਕਾਰਡ ਕਰਨਾ ਬਣਦਾ, ਤੇ ਫਿਰ ਮੈਂ ਉਹ ਜਿਹੜਾ ਮਿੱਤਲ ਹੈ ਜਿਹੜਾ ਉਹ ਲਗਾਉਣਾ ਬੰਦ ਕਰਤਾ। ਵਿਨੋਦ ਕੁਮਾਰ ਜੀ, ਹੁਣ ਤੱਕ ਮੇਰਾ ਖਿਆਲ ਮੈਂ ਜਿੰਨੀਆਂ ਕੁ ਤੁਹਾਡੀਆਂ ਕਿਤਾਬਾਂ ਪੜ੍ਹੀਆਂ ਆ, ਪੌਣੀ ਕੁ ਦਰਜਨ ਕਿਤਾਬਾਂ ਤੁਹਾਡੀਆਂ ਸਹਿਰ ਦੀ ਝੋਲੀ 'ਚ ਪੈ ਚੁੱਕੀਆਂ, ਪਰ ਤੁਹਾਡੀਆਂ ਕਿਤਾਬਾਂ ਦੇ ਜਿਹੜੇ ਵਿਸ਼ੇ ਆ ਉਹ ਬੜੇ ਵਿਲੱਖਣ ਆ, ਹੈ ਨਾ, ਔਰ ਬੇਸ਼ੁਮਾਰ ਤੁਸੀਂ ਕਿਤਾਬ ਲਿਖਣ ਤੋਂ ਪਹਿਲਾਂ ਬੇਸ਼ੁਮਾਰ ਸਹਿਤ ਪੜ੍ਹਿਆ ਹੋਏਗਾ, ਕਿਉਂਕਿ ਇਹ ਆਮ ਕਵਿਤਾ ਲਿਖ ਲੈਂਦੇ, ਕਹਾਣੀ ਲਿਖ ਦਿੰਦੇ ਆ ਜਾਂ ਕੋਈ ਲੇਖਾਂ ਦੀ ਕਿਤਾਬ ਆਉਂਦੀ ਹੈ, ਪਰ ਤੁਹਾਡੀ ਹਰ ਜਿਹੜੀ ਕਿਤਾਬ ਆ ਉਹਦਾ ਜਿਹੜਾ ਵਿਸ਼ਾ ਹੈ ਬਿਲਕੁਲ ਡਿਫਰੈਂਟ ਆ, ਔਰ ਹਰ ਕਿਤਾਬ ਲਿਖਣ ਵੇਲੇ ਤੁਸੀਂ ਬਹੁਤ ਅਧਿਐਨ ਕੀਤਾ ਲੱਗਦਾ, ਔਰ ਇਹ ਇੰਨਾ ਕੁਛ ਵੇਲ ਜਿਹੜਾ ਤੁਹਾਨੂੰ ਕਿਵੇਂ ਮਿਲ ਜਾਂਦਾ ਆ ਇਹਦੇ ਬਾਰੇ ਸਾਨੂੰ ਦੇਖੀਏ? ਦੁਨੀਆਂ ਦੇ ਪੜ੍ਹਨ ਲਿਖਣ ਦੇਖਣ ਦੇ ਸਮਝਣ ਲਈ ਬਹੁਤ ਕੁਛ ਪਿਆ ਜੀ, ਤੇ ਮੈਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੈਨੂੰ ਮਤਲਬ ਵੇਲ ਬਹੁਤ ਸੌਖੀ ਮਿਲ ਜਾਂਦੀ ਹੈ ਜੀ, ਕਿਸੇ ਵੀ ਇਨਸਾਨ ਲਈ ਇਹ ਸੰਭਵ ਨਹੀਂ ਹੈ। ਤੇ ਉਹ ਫਿਰ ਜਿਹੜੀ ਤੁਹਾਡੇ ਅੰਦਰ ਇੱਕ ਮਾਦਾ ਹੈ, ਇੱਕ ਚਿਣਗ ਹੈ, ਉਹ ਵੇਲ ਕੱਢ ਹੀ ਲੈਂਦੀ ਹੈ ਜੀ। ਔਖੇ ਸੌਖੇ ਬੱਸ 'ਚ ਜਾਂਦਿਆਂ ਵੀ ਮੈਂ ਕਈ ਵਾਰੀ ਪੜ੍ਹਦਾ ਹੁੰਦਾ ਜੀ, ਤੇ ਕਈ ਵਾਰੀ ਨੋਟਸ ਨੇ ਦਿਮਾਗ 'ਚ ਆਏ, ਤੁਸੀਂ ਬੱਸ ਦੀ ਟਿਕਟ 'ਤੇ ਵੀ ਨੋਟ ਕਰ ਲੈਂਦੇ ਹੋ, ਤੇ ਸੌਣ ਦਾ ਕੋਈ ਟਾਈਮ ਨਹੀਂ ਰਹਿੰਦਾ ਤੁਹਾਡਾ ਜਦੋਂ ਤੁਸੀਂ ਪੜ੍ਹਨ ਲਿਖਣ ਵਾਲੇ ਕੰਮ 'ਚ ਰਹਿੰਦੇ ਹੋ। ਇਹ ਹੈ ਕਿ ਵੇਲ ਤੁਹਾਨੂੰ ਆਪਣੇ ਆਪ ਹੀ ਲੈ ਲੈਂਦੀ ਹੈ, ਜਿਹੜੇ ਕੰਮ ਨੇ ਜਦੋਂ ਤੁਹਾਡੇ ਤੋਂ ਸਪੇਸ ਲੈਣੀ ਹੈ, ਟਾਈਮ ਲੈਣਾ, ਉਹ ਆਪਣੇ ਆਪ ਹੀ ਲੈ ਲੈਂਦੇ ਜਦੋਂ ਤੁਹਾਡਾ ਉਸ ਦੇ ਵਿੱਚ ਮਤਲਬ ਦਿਲਚਸਪੀ ਹੁੰਦੀ ਹੈ। ਅੱਜ ਦਾ ਜਿਹੜਾ ਆਮ ਪਾਠਕ ਹੈ ਉਹ ਜਾਂ ਕਹਾਣੀ ਪੜ੍ਹਦਾ ਜਾਂ ਕਵਿਤਾ ਪੜ੍ਹਦਾ ਜਾਂ ਲੇਖ ਪੜ੍ਹਦਾ ਹੈ, ਪਰ ਮੈਂ ਚਾਹਾਂਗੀ ਕਿ ਜਿਹੜੀਆਂ ਤੁਹਾਡੀਆਂ ਹੁਣ ਤੱਕ ਜਿੰਨੀਆਂ ਵੀ ਕਿਤਾਬਾਂ ਤੁਸੀਂ ਲਿਖੀਆਂ ਉਹ ਵਿਲੱਖਣ ਟਾਈਟਲ ਦੀਆਂ ਕਿਤਾਬਾਂ ਆ, ਵਿਲੱਖਣ ਵਿਸ਼ੇ ਦੀਆਂ ਕਿਤਾਬਾਂ ਆ, ਉਹਨਾਂ ਬਾਰੇ ਸਾਡੇ ਦਰਸ਼ਕਾਂ ਨੂੰ ਕੋਈ ਸਾਰੀਆਂ ਕਿਤਾਬਾਂ ਦਾ ਥੋੜੇ ਬਾਰੇ ਥੋੜਾ ਥੋੜਾ ਦੱਸੋਗੇ? ਜੀ ਮੈਮ, ਮੈਂ ਮਤਲਬ ਪ੍ਰਾਈਮਰਲੀ ਤਾਂ ਵਿਦਿਆਰਥੀ ਰਿਹਾ ਕਿ ਉਹ ਜਿਵੇਂ ਤੁਹਾਨੂੰ ਦੱਸਿਆ ਕਿ ਪੰਜਾਬੀ ਸਾਹਿਤ ਦਾ ਅਖਬਾਰੀ ਸਾਹਿਤ ਤੋਂ ਸ਼ੁਰੂ ਹੋਇਆ ਸਫ਼ਰ, ਅਤੇ ਇੱਕ ਮਤਲਬ ਜ਼ਿੰਦਗੀ ਦੀ ਜਦੋਂ ਲੈ ਬਣਦੀ ਗਈ ਤਾਂ ਮੈਨੂੰ ਇਹ ਮਹਿਸੂਸ ਹੋਇਆ ਕਿ ਪੰਜਾਬੀ ਸਾਹਿਤ ਦੇ ਨਾਲ ਨਾਲ ਹੋਰ ਭਾਸ਼ਾਵਾਂ ਦਾ ਸਾਹਿਤ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜਿੰਨਾ ਤੁਸੀਂ ਪੜ੍ਹੋਗੇ ਜੀ, ਓਨੀ ਤੁਹਾਡੀ ਮਤਲਬ ਸਮਝ ਹੈ ਉਹ ਵਿਸ਼ਾਲ ਹੋਊਗੀ, ਓਨਾ ਵਧੀਆ ਤੁਸੀਂ ਉਸ ਫੀਲਡ 'ਚ ਕੰਮ ਕਰ ਸਕਦੇ ਹੋ। ਇਸੇ ਤਹਿਤ ਮੈਂ ਮਤਲਬ ਪੰਜਾਬੀ ਪੜ੍ਹਦੇ ਹੀ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਐਮਏ ਇੰਗਲਿਸ਼ ਕਰਨੀ ਹੈ ਤੇ ਅੰਗਰੇਜ਼ੀ ਸਾਹਿਤ ਨੂੰ, ਤਾਂ ਕਿ ਮੈਂ ਪੂਰੀ ਦੁਨੀਆਂ ਦੇ ਸਾਹਿਤ ਤੇ ਫਿਲਾਸਫੀ ਨਾਲ ਆਪਣੇ ਆਪ ਨੂੰ ਜੋੜ ਕੇ ਦੇਖ ਸਕਾਂ, ਆਪਣੀ ਪੋਜੀਸ਼ਨ ਨੂੰ ਮੈਪ ਕਰ ਸਕਾਂ। ਤੇ ਮੈਂ ਐਮਏ ਇੰਗਲਿਸ਼ ਕੀਤੀ, ਪੀਐਚਡੀ ਇੰਗਲਿਸ਼ 'ਚ ਕੀਤੀ ਜੀ, ਤੇ ਇਸੇ ਦੌਰਾਨ ਫਿਰ ਮੈਂ ਕੁਛ ਇੰਗਲਿਸ਼ 'ਚ ਕੰਮ ਕੀਤਾ ਜੀ ਤੇ ਕੁਛ ਪੰਜਾਬੀ 'ਚ ਵੀ ਕੀਤਾ, ਤੇ ਮੇਰੇ ਲਈ ਦੋਵੇਂ ਭਾਸ਼ਾਵਾਂ ਵੱਡੀਆਂ ਜੀ। ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਨੂੰ ਦੱਸਾਂ, ਟੂ ਨੈਰੇਟਿਵਸ ਆਫ ਪਾਰਟੀਸ਼ਨ, ਇਹਦੇ 'ਚ ਮੈਂ ਜੀ ਗੱਲ ਕੀਤੀ ਹੈ ਜੋ ਸਾਡੀ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਹੈ ਉਹਨੂੰ, ਸਾਡੀ ਜਿਹੜੀ ਸਾਹਿਤਕ ਵਿਧਾਵਾਂ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਪੇਸ਼ ਕੀਤਾ ਗਿਆ ਜੀ, ਉਹ ਮਤਲਬ ਜੋ ਪਾਰਟੀਸ਼ਨ ਦਾ ਪੀਰੀਅਡ ਹੈ ਉਹਨੇ ਕਿਸ ਤਰ੍ਹਾਂ ਮਤਲਬ ਸਾਡੇ ਸਾਹਿਤ ਨੂੰ, ਸਾਡੀ ਸੋਚ ਨੂੰ, ਸਾਡੀ ਸਮਝ ਨੂੰ ਸਿਰਜਿਆ ਜੀ। ਉਸ ਤੋਂ ਬਾਅਦ ਜੀ
मैं एक किताब इंग्लिश पहला आप अंग्रेजी दी किताबों बारे दस रहा जी मैं इंडिया इमेजेंड करके जी ए मैं यह कोशिश की है कि इंडिया नू जिवें असीं समझदे आ जी कि इंडिया साडे लई की है उस जिहड़ा आइडिया ऑफ इंडिया है जी उहनू मैं अपने अध्ययन दे हेठ लियाउण दी कोशिश कीती है कि जिहड़ा इंडिया एक सिर्फ ज्योग्राफिकल प्लेस तो है ठीक है बट जो तुहाडे माइंड च तुहाडे तुहानू लगदा है कि साडे दिल च वसदा है भारत मेरे लई इह है उह क्यों है ते उह किस तरहां दा है किस तरहां बणिया उहनां सारीआं चीज़ां नू एग्जामिन करन दी कोशिश कीती है जी फिर इंग्लिश दे विच एक किताब होर मैं लिखी जी रीडिंग आइडियोलॉजी अंडरस्टैंडिंग नेशन ये लगभग उसे प्रोजेक्ट नाल जुड़िया हुआ सब्जेक्ट है जी जिस दे विच आइडियोलॉजी नू समझदे होए कि एक मनुख दी विचार या उहदी विचारधारा किस तरह बनती है ते फिर वह एक नेशन स्टेट दा जिहड़ा इमेज है वह किस तरह कंस्ट्रक्ट होंगे उहदे बारे मैं इहदे विच गल कीती है जी ते हुण मैं तुहानू पंजाबी वालियां बारे दसां तां मैं प्राइमरली मेरा ग्रेजुएशन च पढ़दिआं मैं एक नॉवल लिखिआ सी जी दलदल ते ए 2006 दे विच छपिआ जी लिखण तों 4-5 साल बाद जी ते ए मेरी मतलब किताबी रूप च पहली रचना सी जी ते ए नॉवल है जी जो अपणीआं पिंडां दीआं वेशवा औरतां ते उहनां दी सोशियो कल्चरल कंडीशन जिहड़ी उह किस तरहां दी हुंदी है ते किहड़े कारणां करके ए जिहड़ा सारा उहनां दा जीवन इदां दा बण जांदा हैगा उस चीज़ नूं स्टडी करन दी ते फिक्शन दे रूप च पेश करन दी कोशिश कीती है जी उस तो बाद जी मैं एक काम कीता सीगा फ्रांस दे ने सिमोन द बीवर हां हां नारीवादी चिंतक ने जिन्हां ने 17 साल औरत दी विश्व दी औरत दी जिंदगी नू अध्ययन हेठ लियांदा ते किताब लिखी द सेकंड सेक्स बहुत मकबूल किताब है जी उहनां दी जिहड़ियां थीरीज ने फिलोसफी आ उहनां दी सार्तर नाल दोस्ती रही ते एग्जिस्टेंशियलिज्म की है एक औरत दी पोजीशन की है साडे समाज च पूरे विश्व दे विच ਉਹਨੂੰ ਇਹਨਾਂ ਨੇ ਸਟੱਡੀ ਕੀਤਾ ਸੀਗਾ ਅਤੇ ਮੈਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਜਿਹੜਾ ਅਸੀਂ ਸਾਡੀਆਂ ਔਰਤਾਂ ਨੇ ਈਵਨ ਕਿ ਸਾਡਾ ਜੋ ਮਰਦ ਸਮਾਜ ਹੈ ਉਹ ਵੀ ਆਪਣੀ ਜਿਹੜੀ ਸੋਸ਼ੋ ਕਲਚਰਲ ਕੰਸਟਰਕਸ਼ਨ ਹੈ ਉਹਦੇ ਬਾਰੇ ਸਮਝ ਪਾ ਸਕੇ ਕਿ ਇੱਕ ਮੇਲ ਮੇਲ ਕਿਸ ਤਰ੍ਹਾਂ ਬਣ ਜਾਂਦਾ ਇੱਕ ਫੀਮੇਲ ਫੀਮੇਲ ਕਿਸ ਤਰ੍ਹਾਂ ਬਣ ਜਾਂਦੀ ਹੈ ਉਹਨੂੰ ਮੈਂ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਇਸ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਜੀ ਫਿਰ ਮੈਂ ਇੱਕ ਕਿਤਾਬ ਕੀਤੀ ਜੀ ਨਾਰੀਵਾਦ ਅਤੇ ਸਾਹਿਤ ਸਮੀਖਿਆ सहयोग जरूरी है फिर जिहड़ा नारीवादी फिलोसफी है राही असीं साहित नूं किवें देख ते समझ सकते हैं साहित दे विच मेल किस तरह प्रेजेंट हुंदा है ते फीमेल किदां ਰੀਪ੍ਰਜੈਂਟ ਕੀਤੀ ਜਾਂਦੀ ਹੈ ਉਹਨਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਇਹ ਕੰਮ ਕੀਤਾ ਗਿਆ ਸੀਗਾ ਜੀ ਅਤੇ ਉਸ ਤੋਂ ਬਾਅਦ ਜੀ ਮੈਂ ਕੰਮ ਕੀਤਾ ਇੱਕ ਕਿਤਾਬ ਨੂੰ ਅਨੁਵਾਦ ਕਰਨ ਦਾ ਜੀ ਇਹ ਅੰਗਰੇਜ਼ੀ ਦੀ ਕਿਤਾਬ ਸੀ ਜੀ ਦ ਹਿਊਮਨ ਅਸੈਂਸ ਇਹ ਜਾਰਜ ਥੌਮਸਨ ਹੋਰਾਂ ਦੀ ਕਿਤਾਬ ਸੀ ਜੀ ਜਿਨ੍ਹਾਂ ਨੇ ਜਿਹੜੇ ਮਾਰਕਸਵਾਦੀ ਚਿੰਤਕ ਸੀ ਉਹਨਾਂ ਦੀਆਂ 3 ਕਿਤਾਬਾਂ ਬਹੁਤ ਪਾਪੂਲਰ ਰਹੀਆਂ ਉਹਨਾਂ ਦੇ ਵਿੱਚੋਂ ਮੈਂ ਦ ਹਿਊਮਨ ਅਸੈਂਸ ਨੂੰ ਚੁਣਿਆ ਕਿ ਘੱਟੋ ਘੱਟ ਪੰਜਾਬੀ ਪਾਠਕਾਂ ਨੂੰ ਜਿਹੜੀ ਮਨੁੱਖੀ ਉਹਦੀ ਕੰਸਟਰਕਸ਼ਨ ਹੈ ਉਹਦੀ ਬਾਇਓਲੋਜੀ ਤੋਂ ਲੈ ਕੇ ਸਰੀਰ ਕਿਵੇਂ ਬਣਦਾ ਹੈ ਫਿਰ ਉਹਦੀਆਂ ਸਰੀਰ ਦੀਆਂ ਤੈਹਾਂ ਕਿਹੜੀਆਂ ਹੁੰਦੀਆਂ ਫਿਰ ਉਹਦੀ ਸੋਚ ਕਿਸ ਤਰ੍ਹਾਂ ਬਣਦੀ ਹੈ ਸੋਚ ਦੀਆਂ ਕਿਹੜੀਆਂ ਤੈਹਾਂ ਹੁੰਦੀਆਂ ਕਲਾ ਨਾਲ ਬੰਦੇ ਦਾ ਕੀ ਸੰਬੰਧ ਹੈ ਅਤੇ ਕਲਾ ਕਿਸ ਤਰ੍ਹਾਂ ਬੰਦੇ ਨੂੰ ਡੀਕੰਸਟਰਕਟ ਰੀਕੰਸਟਰਕਟ ਕਰਦੀ ਹੈ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਬੜੀ ਮਹੱਤਵਪੂਰਨ ਕਿਤਾਬ ਸੀ ਜੀ ਇਹ ਮੈਂ ਅਨੁਵਾਦ ਕੀਤੀ ਅਤੇ ਇਹਦਾ ਦੂਸਰਾ ਐਡੀਸ਼ਨ ਲਾਸਟ ਈਅਰ ਹੀ ਛਪਿਆ ਜੀ ਅਤੇ ਜਿਹੜੀ ਲੇਟੈਸਟ ਕਿਤਾਬ ਹੈ ਜੀ ਪਾਠਕ ਸਲੂਟ ਕਰਨਗੇ ਔਰ ਇਹ ਸਾਰਾ ਕੁਛ ਜਿਹੜਾ ਤੁਸੀਂ ਇੰਨਾ ਪੜ੍ਹਦੇ ਹੋ ਲਿਖਦੇ ਹੋ ਇਹਦੇ ਵਿੱਚ ਕੋਈ ਜ਼ਿੰਦਗੀ ਚ ਦੁਸ਼ਵਾਰੀਆਂ ਵੀ ਆਈਆਂ ਦੇਖੋ ਜੀ ਜ਼ਿੰਦਗੀ ਕੋਈ ਇਹ ਤਾਂ ਸਾਡੀ ਕਹਾਵਤ ਹੀ ਹੈ ਕਿ ਕੋਈ ਫੁੱਲਾਂ ਦੀ ਸੇਜ ਨਹੀਂ ਹੈ ਜੀ ਅਤੇ ਆਉਂਦੀਆਂ ਰਹਿਣਗੀਆਂ ਜੀ ਅਤੇ ਆਉਂਦੀਆਂ ਰਹੀਆਂ ਵੀ ਨੇ ਜੀ ਅਤੇ ਆਉਂਦੀਆਂ ਰਹਿਣੀਆਂ ਵੀ ਚਾਹੀਦੀਆਂ ਜੀ ਜ਼ਿੰਦਗੀ ਬਣਾਉਂਦੀ ਸਾਡੀਆਂ ਦੁਸ਼ਵਾਰੀਆਂ ਜੀ ਹੈ ਨਾ ਜੇ ਨਹੀਂ ਹੋਣਗੀਆਂ ਤਾਂ
ਉਹ ਸਮਝ ਲਓ ਕਿ ਤੁਹਾਡੀ ਜ਼ਿੰਦਗੀ ਜਿਹੜੀ ਜਿਉਣ ਜੋਗੀ ਨਹੀਂ ਹੈ। ਜ਼ਿੰਦਗੀ ਦੇ ਵਿੱਚ ਸਾਰੇ ਰੰਗਾਂ ਦਾ ਸੁਮੇਲ ਜਿਹੜਾ ਸੁਭਾਵਿਕ ਹੈ ਤੇ ਉਹ ਚੱਲਦਾ ਰਹਿੰਦਾ ਜੀ। ਵਿਨੋਦ ਜੀ ਜਿਹੜੇ ਸਾਹਿਤ ਦੇ ਡਾਕਟਰ ਬਣ ਜਾਂਦੇ ਨੇ ਜੀ ਮੈਂ ਔਰ ਸਾਰਾ ਦਿਨ ਕਿਤਾਬਾਂ ਨਾਲ ਹੀ ਚਿੰਬੜੇ ਰਹਿੰਦੇ ਨੇ, ਮੇਰਾ ਜਿੱਥੋਂ ਤੱਕ ਸਰਵੇ ਆ ਜੀ, ਔਰ ਘਰ ਦੇ ਜਿਹੜੇ ਆ ਪਰਿਵਾਰ ਵਾਲੇ ਉਹ ਬੜੇ ਔਖੇ ਹੋ ਜਾਂਦੇ ਆ, ਕੀ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਇਹੋ ਜੀ ਹੈ? ਮੈਮ ਏਦਾਂ ਦੀਆਂ ਤੰਗੀਆਂ ਸਧਾਰਨ ਪਰਿਵਾਰਾਂ ਚ ਆਉਣੀਆਂ ਸੁਭਾਵਿਕ ਨੇ ਜੀ। ਬਹੁਤੇ ਬੰਦਿਆਂ ਨੂੰ ਇਹ ਗੱਲ ਨਹੀਂ ਪਚਦੀ, ਸਾਡਾ ਸਮਾਜ ਆ ਜਿਹੜਾ ਮਿਡਲ ਕਲਾਸ ਫੈਮਿਲੀ ਨੇ ਜਾਂ ਲੋਅਰ ਮਿਡਲ ਕਲਾਸ ਹੈ, ਉਹ ਸਾਡਾ ਸੰਬੰਧ ਇਹ ਹੁੰਦਾ ਕਿ ਬੱਚਾ ਪੜ੍ਹੇ, ਇੰਨਾ ਕੁ ਪੜ੍ਹੇ ਕਿ ਉਹ ਰੁਜ਼ਗਾਰ ਜੋਗਾ ਹੋ ਜਾਏ, ਉਸ ਤੋਂ ਅੱਗੇ ਸਾਡੀ ਸੋਚ ਹੈ ਜਿਹੜੀ ਉਹ ਨਹੀਂ ਜਾਂਦੀ ਹੈਗੀ। ਤੇ ਪਟਿਆਲਾ ਯੂਨੀਵਰਸਿਟੀ ਤੋਂ ਅੱਗੇ ਕੋਈ ਮੰਜ਼ਿਲ ਹੈ ਤੁਹਾਡੀ? ਜ਼ਿੰਦਗੀ ਮੈਂ ਸਾਰੀ ਖੁੱਲੀ ਮੈਦਾਨ ਦੀ ਤਰ੍ਹਾਂ, ਕੋਈ ਵੀ ਇੱਕ ਮੰਜ਼ਿਲ ਅਸੀਂ ਫਿਕਸ ਨਹੀਂ ਕਰ ਸਕਦੇ। ਪਟਿਆਲਾ ਯੂਨੀਵਰਸਿਟੀ ਇੱਕ ਪੜਾਅ ਹੈ ਜਿੱਥੋਂ ਬਹੁਤ ਕੁਛ ਸਿੱਖਿਆ, ਹੁਣ ਵੀ ਸਿੱਖ ਰਿਹਾ ਜੀ, ਤੇ ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਦੀ ਕੋਸ਼ਿਸ਼ ਵੀ ਕਰੀਦੀ ਹੈ। ਜ਼ਿੰਦਗੀ ਦੇ ਕੋਈ ਸੀਮਾ ਨਹੀਂ ਹੈ, ਇਹ ਤੁਹਾਡੇ ਹਾਲਾਤ ਨੇ, ਤੁਹਾਡੇ ਜਿਹੜੀ ਸਟੱਡੀ ਹੈ ਤੁਹਾਨੂੰ ਕਿਤੇ ਵੀ ਲੈ ਕੇ ਜਾ ਸਕਦੇ, ਤੇ ਉਹਦੇ ਲਈ ਮੈਂ ਆਪਣੇ ਆਪ ਨੂੰ ਆਜ਼ਾਦ ਸਮਝਦਾ ਕਿ ਜਿੱਧਰ ਮੇਰਾ ਧਿਆਨ ਜਾਊਗਾ ਉਧਰ ਮੈਂ ਨਾਲ ਨਾਲ ਉਹਦੇ ਤੁਰਦੇ ਜਾਣਾ। ਵਿਨੋਦ ਕੁਮਾਰ ਜੀ, ਕੋਈ ਤੁਹਾਡੇ ਬੱਚਿਆਂ ਤੱਕ ਵੀ ਤੁਹਾਡਾ ਖੂਨ ਮਾਰ ਕੀਤਾ ਤਮੰਨਾ ਹੈ ਕਿ ਉਹ ਸਾਹਿਤ ਦੇ ਪਾਠਕ ਬਣਨ ਤੇ ਜੇ ਹੋ ਸਕੇ ਤਾਂ ਉਹ ਲਿਖਣ ਵੀ ਜੀ? ਪਰ ਇਹ ਗੱਲ ਮੇਰੇ ਮਨ ਚ, ਮੈਂ ਇਸ ਪ੍ਰਤੀ ਪੂਰਾ ਸਪਸ਼ਟ ਹਾਂ ਕਿ ਕਿਸੇ ਉੱਪਰ ਕੋਈ ਵੀ ਗੱਲ ਥੋਪੀ ਨਹੀਂ ਜਾਣੀ ਚਾਹੀਦੀ। ਜੇ ਉਹਨਾਂ ਨੂੰ ਵਿਹਾਰ ਦੇ ਵਿੱਚ ਕਿਤੇ ਲੱਗਦਾ ਕਿ ਮੇਰੇ ਪਿਤਾ ਜੀ, ਮਾਤਾ ਜੀ ਜਾਂ ਸਾਡੇ ਅਧਿਆਪਕ ਇਹ ਇੱਦਾਂ ਦੇ ਕੰਮ ਕਰਦੇ ਨੇ ਜਿਹੜੇ ਮਤਲਬ ਕਿ ਤੁਹਾਡੀ ਸੋਚ ਨੂੰ ਵਿਸ਼ਾਲ ਕਰਨ, ਤੁਹਾਡੀ ਐਨਲਾਈਟਨ ਕਰਨ, ਜੇ ਉਹਨਾਂ ਦਾ ਇੱਦਾਂ ਦਾ ਸਬੱਬ ਬਣਿਆ, ਮੈਂ ਕੋਸ਼ਿਸ਼ ਕਰੂੰਗਾ ਕਿ ਮਾਹੌਲ ਸਿਰਜਿਆ ਜਾ ਸਕੇ, ਪਰ ਇੰਪੋਜ਼ ਕਰਨਾ ਕੋਈ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ। ਤੇ ਉਹ ਉਹਨਾਂ ਲਈ ਵੀ ਉਸੇ ਤਰ੍ਹਾਂ ਜ਼ਿੰਦਗੀ ਖੁੱਲੀ ਹੈ ਜਿੱਥੇ ਉਹ ਜਾਣਾ ਚਾਹੁੰਦੇ ਨੇ, ਜੋ ਕਰਨਾ ਚਾਹੁੰਦੇ ਨੇ, ਤੇ ਹੋਪਫੁਲੀ ਉਹ ਕੁਛ ਚੰਗਾ ਹੀ ਕਰਨਗੇ ਜੀ, ਮੇਰੀ ਇਹੀ ਉਮੀਦ ਹੈ। ਕੋਈ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਕੋਲ ਖਾਸ ਮਿੱਤਰ ਜਿਨ੍ਹਾਂ ਕੋਲ ਬੈਠ ਕੇ ਤੁਹਾਨੂੰ ਸਕੂਨ ਮਿਲਦਾ ਹੋਵੇ, ਕੋਈ ਚੈਨ ਮਿਲਦਾ ਹੋਵੇ, ਕਿਸੇ ਦਾ ਨਾਮ ਲੈਣਾ ਚਾਹੋਗੇ? ਜੀ ਮੇਰੇ ਇੱਕ ਤਾਂ ਸੁਭਾਅ ਦੀਆਂ ਦਿੱਕਤਾਂ ਹੁੰਦੀਆਂ ਜੀ, ਪਤਾ ਨਹੀਂ ਸਾਡੇ ਜੀ ਦਿੱਕਤਾਂ ਹੈ ਕਿ ਸਾਡੇ ਦੋਸਤ ਬਹੁਤ ਥੋੜੇ ਨੇਗੇ, ਬਹੁਤ ਸੀਮਤ ਨੇ ਜੀ, ਤੇ ਕਈ ਦੋਸਤਾਂ ਨਾਲ ਮਤਲਬ ਅਲੱਗ ਅਲੱਗ ਤਰ੍ਹਾਂ ਦੀਆਂ ਤੁਹਾਡੀਆਂ ਭੂਮਿਕਾਵਾਂ ਹੁੰਦੀਆਂ ਨੇਗੀਆਂ, ਜਿਨ੍ਹਾਂ ਦੇ ਵਿੱਚੋਂ ਬਹੁਤੇ ਖਾਸ ਦਾ ਮੈਂ ਨਾਂ ਲਵਾਂ, ਤੇ ਉਹ ਇੱਕ ਟੈਂਪੋਰਲ ਵੀ ਹੁੰਦਾ ਜੀ, ਹੈ ਨਾ, ਕਿ ਕੋਈ ਤੁਹਾਡੀ ਲਾਈਫ ਦਾ ਫੇਜ਼ ਹੈ, ਮਤਲਬ 6 ਮਹੀਨੇ ਤੁਹਾਡੇ ਇੱਕ ਬੰਦੇ ਨਾਲ ਇਸ ਤਰ੍ਹਾਂ ਦੀ ਤੁਹਾਡੀ ਸੰਬੰਧ ਬਣੇ ਰਹੇ ਕਿ ਤੁਸੀਂ ਮਤਲਬ ਸਾਹਾਂ ਦੀ ਵੀ ਮਤਲਬ ਇੱਕ ਦੂਸਰੇ ਦੀ ਖ਼ਬਰ ਹੈਗੀ, ਪਰ ਹਾਲਾਤ ਵੀ ਤੁਹਾਡੇ ਤੁਹਾਨੂੰ ਸ਼ੇਪ ਕਰਦੇ ਰਹਿੰਦੇ ਨੇ, ਹੈ ਨਾ ਜੀ, ਕਿ ਤੁਸੀਂ ਪਰਸਨ ਟੂ ਪਰਸਨ ਵੀ ਤੁਹਾਡੀ ਕਮਿਊਨੀਕੇਸ਼ਨ ਹੈ ਜਿਹੜੀ ਉਹ ਤੁਹਾਡੇ ਰਿਸ਼ਤੇ ਨੂੰ ਬਣਾ ਕੇ ਰੱਖਦੀ ਹੈ। ਤੇ ਪਿਛਲੇ ਸਮੇਂ ਤੋਂ ਜਿਨ੍ਹਾਂ ਨੂੰ ਮਤਲਬ ਮੈਂ ਬੌਧਿਕ ਤੌਰ ਤੇ ਵੀ ਦੋਸਤ ਮੰਨ ਸਕਦਾ, ਤੇ ਹਮ ਉਮਰ ਦੇ ਤੌਰ ਤੇ ਵੀ, ਤੇ ਸਾਡੇ ਜਿਹੜੀਆਂ ਪਿਛਲੀਆਂ ਬਚਪਨ ਦੀਆਂ ਜਾਂ ਜੋ ਸਾਡੀ ਜ਼ਿੰਦਗੀ ਦੇ ਤਜਰਬੇ ਰਹੇ, ਉਹਨਾਂ ਚੋਂ ਡਾਕਟਰ ਗੁਰਮੀਤ ਸਿੰਘ ਨੇ ਜੀ ਪੰਜਾਬੀ ਯੂਨੀਵਰਸਿਟੀ ਤੋਂ, ਤੇ ਡਾਕਟਰ ਰੁਪਿੰਦਰ ਢਿੱਲੋਂ ਮੋਦੀ ਗੱਲ ਕਾਲਜ ਦੇ ਵਿੱਚ ਪੜ੍ਹਾ ਰਹੇ ਨੇ ਜੀ ਪਟਿਆਲੇ, ਉਹਨਾਂ ਨਾਲ ਮੈਂ ਮਤਲਬ ਲਗਭਗ ਸਾਰੀ ਤਰ੍ਹਾਂ ਦੀਆਂ ਗੱਲਾਂ ਸਾਂਝੀਆਂ ਕਰ ਲੈਂਦਾ, ਤੇ ਉਹੀ ਮਤਲਬ ਮੈਨੂੰ ਲੱਗਦਾ ਜਿੱਥੇ ਮੈਨੂੰ ਪੂਰੀ ਸਪੇਸ ਮਿਲਦੀ ਹੈ ਜਿੱਥੇ ਮੈਂ ਕੋਈ ਗੱਲ ਰੱਖ ਸਕਦਾ। ਸੋ ਵਿਨੋਦ ਕੁਮਾਰ ਜੀ, ਅੰਤ ਵਿੱਚ, ਅੱਜ ਕੱਲ ਜਿਹੜਾ ਨੈਕਸਟ ਜਨਰੇਸ਼ਨ ਆ ਉਹ ਸਾਹਿਤ ਤੋਂ ਦੂਰ ਜਾ ਰਹੀ ਹੈ ਜੀ, ਔਰ ਕਿਤਾਬ ਪੜ੍ਹਨਾ ਹੀ ਪਸੰਦ ਨਹੀਂ ਕਰਦੇ, ਔਰ ਮੋਬਾਈਲ ਕਲਚਰ ਉਹਨਾਂ ਦੇ ਇੰਨਾ ਹਾਵੀ ਹੋ ਗਿਆ, ਮੋਬਾਈਲ ਨੇ ਕਿਹਾ ਸੀ ਕਿ ਮੈਨੂੰ ਤੂੰ ਵਰਤ, ਪਰ ਇਨਸਾਨ ਉਹਨੂੰ ਵਰਤਣ ਲੱਗ ਪਿਆ, ਇਹ ਇਸ ਮਾਹੌਲ ਨੂੰ ਕੋਈ ਸੰਦੇਸ਼ ਆਪਣਾ ਦਿਓਗੇ? ਸੰਦੇਸ਼ ਮੈਡਮ, ਜੋ ਜਿੰਨੀ ਕੁ ਮੇਰੀ ਸਮਝ ਦੇ ਵਿੱਚ ਆਉਂਦੀ ਹੈ ਗੱਲ, ਕਿ ਇਸ ਵਰਤਾਰੇ ਤੋਂ ਅਸਕੇਪ ਕੋਈ ਨਹੀਂ ਹੈ, ਉਹ ਸੰਭਵ ਨਹੀਂ ਹੈ। ਜੋ ਕੈਪੀਟਲਿਜ਼ਮ ਦਾ ਸਾਡਾ ਸਮਾਂ, ਜੋ ਟੈਕਨੋਲੋਜੀ ਦਾ ਸਾਡਾ ਸਮਾਂ, ਜੇ ਅਸੀਂ ਇਸ ਸਮੇਂ ਦੇ ਵਿੱਚ ਸਰਵਾਈਵ ਕਰਨਾ, ਇਹ ਸਾਰੇ ਟੂਲਸ ਸਾਨੂੰ, ਗੈਜਟਸ ਸਾਨੂੰ ਲੋੜੀਂਦੇ ਨੇ, ਪਰੰਤੂ ਉਹਨਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਉਹ ਇੱਕ ਵੱਖਰੀ ਤਰ੍ਹਾਂ ਦਾ ਵਿਸ਼ਾ ਹੈ, ਤੇ ਉਸ ਵਰਤੋਂ ਬਾਰੇ ਸਾਨੂੰ ਚੇਤਨ ਹੋਣ ਦੀ ਲੋੜ ਹੈ, ਤੇ ਸਾਨੂੰ ਉਹਨਾਂ ਦੇ ਮੈਰਿਟਸ ਤੇ ਡੀਮੈਰਿਟਸ ਦੋਨਾਂ ਨੂੰ ਘੋਖਣ ਦੀ ਲੋੜ ਹੈ, ਤੇ ਇਸ ਲਈ ਮਤਲਬ ਜਨ ਚੇਤਨਾ ਦੀ ਲੋੜ ਹੈ, ਜਿਹਦੇ ਵਿੱਚ ਬੰਦਾ ਖੁਦ ਮਸ਼ੀਨ ਨਾ ਬਣੇ, ਬਲਕਿ ਮਸ਼ੀਨ ਨੂੰ ਐਜ਼ ਅ ਮਸ਼ੀਨ ਲਵੇ, ਉਹਨੂੰ ਆਪਣੇ ਟੂਲ ਵਜੋਂ ਵਰਤੇ, ਨਾ ਕਿ ਉਹ ਜਿਵੇਂ ਤੁਸੀਂ ਦੱਸਿਆ ਕਿ ਖੁਦ ਮਤਲਬ ਗੈਜਟਸ ਦੇ ਹੱਥਾਂ ਦੇ ਵਿੱਚ ਤੁਸੀਂ ਖੇਡੋ, ਤੁਹਾਨੂੰ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਉਹ ਤੁਹਾਡੇ ਲਈ ਇੱਕ ਅੱਛਾ ਟੂਲ ਸਾਬਤ ਹੋ ਸਕਦੇ ਨੇਗੇ,
पर यह है कि अपना समा जो बेलोड़िया कारवाइया च नहीं खपत करना चाहिए। सो बड़ा चंगा लगा थोड़े जिंदगी की झात पाई अपने दर्शकों तक पहुंचाई असी और थोड़े सेहत बारे चानना पाया। कोई ऐसी गल हो जी मैं पूछना भुल गई होव और थोड़े जेहन विच खड़कती हो गई वह गल कोई दसना चाहो? इदा भी मैडम मेरे दिमाग दे विच हुण कोई गल नहीं आई ते जो मैं मतलब थोड़े बारे ही मैं गल कर सकदा कि मैं तुहानू मिलिया उस पड़ा दिया कि लगभग 30 साल पहला मैं तुहानू पढ़िया होगा ते क्योंकि अखबार नाल उदों मैं ज्यादा जुड़िया होया सी ते मेरी ये अचीवमेंट है कि तुसी मैनू स्पेस दित्ती ते दूसरा तुहाडे साक्षात दर्शन हो गए जिन्हां नू मैं बचपन च सुनदा रहा जी पढ़दा रहा। थैंक यू विनोद कुमार जी साडे उड़ीकां प्रोग्राम विच आए तुसी और साडे सारे माहौल नू बहुत अच्छा लगा और शब्बा खैर। थैंक यू मैम। थैंक यू वेरी मच।